ਪਾਖੜਾ ਦੇ ਫਲੱਡ ਗੇਟ ਖੋਲਣ ਨਾਲ ਪਿਛਲੇ 4 ਦਿਨਾਂ ਤੋਂ ਮੋਗਾ ਜ਼ਿਲ੍ਹਾ ਦੇ ਹਲਕਾ ਧਰਮਕੋਟ ਅਧੀਨ ਪੈਂਦੇ ਪਿੰਡ ਜੋ ਕਿ ਸਤਲੁਜ ਦਰਿਆ ਦੇ ਨਾਲ ਲੱਗਦੇ ਸਨ, ਉਹਨਾਂ ਦੇ ਘਰਾਂ ਵਿੱਚ ਪਾਣੀ ਨੇ ਤਬਾਹੀ ਮਚਾ ਦਿੱਤੀ ਅਤੇ ਉਹਨਾਂ ਦਾ ਕੀਮਤੀ ਸਮਾਨ ਅਤੇ ਖਾਣ ਪੀਣ ਦੀਆਂ ਵਸਤਾਂ ਰੋੜ ਕੇ ਲੈ ਗਿਆ, ਜੋ ਕਿ ਹੁਣ ਦਾਣੇ ਦਾਣੇ ਦੇ ਮੁਹਤਾਜ ਹੋ ਗਏ ਨੇ ਅਤੇ ਆਪਣੇ ਪਰਿਵਾਰ ਲਈ ਵੱਡੀਆਂ ਆਸਾਂ ਲਗਾਈ ਬੈਠੇ ਕਿਸਾਨਾਂ ਦੀ ਫਸਲ ਜਿਸ 'ਤੇ ਸਾਰਾ ਖਰਚ ਤਾਂ ਘਰ ਬੈਠੇ, ਪਰ ਜਦ ਕੱਟਣ ਦੀ ਵਾਰੀ ਆਈ ਉਦੋਂ ਪਾਣੀ ਰੋੜ ਕੇ ਲੈ ਗਿਆ। ਇਕੱਲੀ ਫਸਲ ਹੀ ਨਹੀਂ, ਕਿਸਾਨਾਂ ਦੀਆਂ ਸਾਦਰਾਂ ਵੀ ਪਾਣੀ ਵਿੱਚ ਤਰਦੀਆਂ ਨਜ਼ਰ ਆ ਰਹੀਆਂ ਨੇ। ਭਾਵੇਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਹੀ ਰੌਲਾ ਪਾ ਰਿਹਾ ਕਿ ਪਾਣੀ ਆਵੇਗਾ, ਪਰ ਕੋਈ ਵੀ ਬਚਾਅ ਕਾਰਜ ਨਹੀਂ ਕੀਤੇ ਗਏ। ਅੱਜ ਵੀ ਲੋਕ ਆਪਣੇ ਘਰਾਂ 'ਚੋਂ ਬੇੜੀਆਂ ਰਾਹੀਂ ਸਮਾਨ ਬਾਹਰ ਕੱਢਦੇ ਨਜ਼ਰ ਆ ਰਹੇ ਨੇ ਅਤੇ ਪਾਣੀ ਨੀਵਾਂ ਹੋਣ ਦੀ ਝਾਕ ਵਿੱਚ ਆਪਣੇ ਘਰਾਂ ਦੀਆਂ ਛੱਤਾਂ 'ਤੇ ਵੀ ਚੜੇ ਹੋਏ ਨਜ਼ਰ ਆਉਂਦੇ ਨੇ। ਇੱਥੋਂ ਤੱਕ ਕਿ ਪਾਈ ਪਾਈ ਨਾਲ ਜੋੜਿਆ ਸਮਾਨ ਛੱਡਣ ਦਾ ਕਿਸੇ ਦਾ ਵੀ ਮਨ ਨਹੀਂ ਕਰ ਰਿਹਾ। ਲੋਕ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਦਰਿਆ ਵਿੱਚ ਘਿਰੇ ਨਜ਼ਰ ਆਉਂਦੇ ਨੇ। ਉਹਨਾਂ ਦੁਆਰਾ ਘਰ ਦਾ ਮੋਹ ਨਹੀਂ ਛੱਡਿਆ ਜਾ ਰਿਹਾ ਅਤੇ ਘਰ ਦੇ ਬਦਲੇ ਮੌਤ ਨੂੰ ਵੀ ਗੱਲ ਨੂੰ ਲਾਉਣ ਲਈ ਤਿਆਰ ਬੈਠੇ ਨੇ ਅਤੇ ਸਰਕਾਰ ਦੇ ਨੁਮਾਇੰਦੇ ਜੋ ਕਿ ਵੋਟਾਂ ਵੇਲੇ ਬੰਨ ਅਤੇ ਮੇਲਾ ਲਾਈ ਰੱਖਦੇ ਸਨ, ਉਹਨਾਂ ਨੂੰ ਵੀ ਭਰੇ ਮਨ ਨਾਲ ਕੋਸ ਰਹੇ ਨੇ। ਭਾਵੇਂ ਕਿ ਪਿਛਲਾ ਮੁਆਵਜ਼ਾ ਨਹੀਂ ਮਿਲਿਆ, ਫਿਰ ਵੀ ਸਰਕਾਰ 'ਤੇ ਵੱਡੀ ਆਸ ਜਿਤਾਈ ਹੋਈ ਹੈ। ਅੱਜ ਵੀ ਸਤਲੁਜ ਕਿਨਾਰੇ ਬੈਠੇ ਲੋਕਾਂ ਦੇ ਸਿਰ 'ਤੇ ਮੌਤ ਦਾ ਛਾਇਆ ਮੰਡਰਾ ਰਿਹਾ। ਹੜ੍ਹ ਪੀੜਿਤ ਇਲਾਕੇ ਦਾ ਦੌਰਾ ਕਰਨ ਆਏ ਸਾਬਕਾ ਮੰਤਰੀ ਅਤੇ ਮੈਂਬਰ SCPC ਜਥੇਦਾਰ ਤੋਤਾ ਸਿੰਘ ਨੇ ਕੈਪਟਨ ਸਰਕਾਰ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਨੇ ਇਹਨਾਂ ਕਿਸਾਨਾਂ ਦੀ ਕੋਈ ਵੀ ਸਾਰ ਨਹੀਂ ਲਈ। ਪਹਿਲੇ ਦਿਨ ਤੋਂ ਹੀ ਮੈਂ DC ਸਾਹਿਬ ਦੇ ਧਿਆਨ ਵਿੱਚ ਲਿਆ ਰਿਹਾ ਹਾਂ ਕਿ ਹਾਲਾਤ ਬਹੁਤ ਖਤਰਨਾਕ ਹੋ ਸਕਦੇ ਨੇ, ਜਿਸ ਨਾਲ ਨਜਿੱਠਣ ਲਈ ਪ੍ਰਬੰਧ ਕੀਤੇ ਜਾਣ। ਉਹਨਾਂ ਕਿਹਾ ਕਿ ਕਿਸਾਨਾਂ ਦੀ ਮਰੀ ਫਸਲ ਦੀ ਗਰਦਾਵਰੀ ਕਰਾ ਕੇ 40,000 ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਇਹ ਵੀ ਦੋਸ਼ ਲਗਾਇਆ ਕਿ ਪਿਛਲੇ 2 ਸਾਲਾਂ ਵਿੱਚ 3 ਵਾਰ ਫਸਲ ਮਰ ਗਈ ਹੈ, ਪਰ ਅਜੇ ਤੱਕ ਕੈਪਟਨ ਸਰਕਾਰ ਨੇ ਪਿਛਲਾ ਮੁਆਵਜ਼ਾ ਵੀ ਨਹੀਂ ਦਿੱਤਾ, ਜਦਕਿ DC ਸਾਹਿਬ ਨੂੰ ਕਈ ਵਾਰ ਕਿਹਾ ਵੀ ਜਾ ਚੁੱਕਿਆ। ਉਹਨਾਂ ਕਿਹਾ ਕਿ ਕਿਸਾਨਾਂ ਨੇ ਬੰਨ 'ਤੇ ਮਿੱਟੀ ਵੀ ਆਪ ਹੀ ਲਾਈ ਹੈ ਅਤੇ ਜਗਰਾਉਂ ਵਾਲਾ ਬੰਨ ਕਮਜ਼ੋਰ ਸੀ, ਜੇ ਉਹ ਟੁੱਟ ਜਾਂਦਾ ਤਾਂ ਪਾਣੀ ਦੀ ਮਾਰ 'ਚ ਹਲਕੇ ਨੂੰ ਵੀ ਪੈਣੀ ਸੀ। ਉਸ 'ਤੇ ਵੀ ਲੋਕਾਂ ਨੇ ਆਪ ਮਿੱਟੀ ਪਾਈ ਹੈ, ਸਰਕਾਰ ਨੇ ਕੋਈ ਵੀ ਸਹਿਯੋਗ ਨਹੀਂ ਦਿੱਤਾ। ਉਹਨਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਇਹਨਾਂ ਦੇ ਦੁਖੀ ਲੋਕਾਂ ਦੀ ਤੁਰੰਤ ਸਾਰ ਲਵੇ। 18 ਐਤਵਾਰ ਨੂੰ ਆਇਆ ਸੀ ਮੈਂ ਘਰਾਂ ਵਿੱਚ, ਉਦੋਂ ਤੱਕ ਕੋਈ ਵੀ ਸਰਕਾਰੀ ਪ੍ਰਬੰਧ ਨਹੀਂ ਸੀ। ਇੱਕ ਕੇਵਲ ਟੈਂਟ ਲਾਇਆ ਸੀ ਪਟਵਾਰੀਆਂ ਦੇ ਬੈਠਣ ਨੂੰ, ਰੇੜਾ ਪਿੰਡ ਮੈਂ ਉੱਧਰ ਵੀ ਸਾਰੇ ਬੰਨ੍ਹ ਕੇ ਰੁਕ ਗਏ ਹਾਂ। ਉਸ ਤੋਂ ਬਾਅਦ DC ਸਾਹਿਬ ਨਾਲ ਮੈਂ ਗੱਲ ਕੀਤੀ 12 ਵਜੇ, ਉਹਨਾਂ ਨੇ ਸਾਰਾ ਧਿਆਨ 'ਚ ਲਿਆਂਦਾ ਵੀ ਹਾਲਾਤ ਬੜੇ ਖਤਰਨਾਕ ਆ। 2,40,000 ਕਿਊਸ ਪਾਣੀ ਰੋਪੜ ਤੋਂ, ਮੈਂ ਐਕਸੀ ਨਾਲ ਗੱਲ ਕੀਤੀ, ਰੋਪੜ ਪਾਣੀ ਉਸ ਦਰਿਆ 'ਚ ਹੁਣ ਨਿਕਲਣਾ ਸ਼ੁਰੂ ਹੋ ਗਿਆ, ਉੱਥੋਂ ਉਹ ਸੈੱਡ ਤੋਂ ਉਹ ਸਾਡੇ ਕੋਲ 12-13 ਘੰਟਿਆਂ 'ਚ ਪਹੁੰਚਣਾ ਪਾਣੀ, ਅਤੇ ਸਾਨੂੰ ਬੜਾ ਅਸੀਂ ਖਤਰੇ 'ਚ ਪੈ ਜਾਣਾ, ਅਤੇ ਇਸ ਲਈ ਇਹਦੇ ਪ੍ਰਬੰਧ ਕਰਨੇ ਚਾਹੀਦੇ ਸਾਨੂੰ। ਸਭ ਤੋਂ ਵੱਧ ਖਤਰਾ ਮੈਂ ਉਹਨਾਂ ਧਿਆਨ 'ਚ ਲਿਆਂਦਾ ਸੀ ਕਿ ਸਾਡਾ ਬੰਨ੍ਹ ਤਾਂ ਮਜ਼ਬੂਤ ਆ, ਸਾਨੂੰ ਆਸ ਆ ਗੁਰੂ ਮਿਹਰ ਕਰੂਗਾ, ਪਰ ਜਿਹੜਾ ਜਗਰਾਉਂ ਵਾਲੇ ਪਾਸੇ ਆ ਉਹ 5-7 ਤੋਂ 4 ਫੁੱਟ ਨੀਵਾਂ, ਜੇ ਉਹ ਕਿਤੇ ਉਹ ਬੰਨ੍ਹ ਟੁੱਟ ਗਿਆ ਸਾਡਾ ਸਾਰਾ ਧਰਮਕੋਟ ਹਲਕਾ ਉਹ ਜਗਰਾਉਂ ਦੇ 4-5 ਪਿੰਡ ਆਉਂਦੇ ਆ, ਪਰ ਸਾਡਾ ਬਹੁਤ ਹਲਕਾ ਨੁਕਸਾਨ ਹੋਊ ਮੋਗੇ ਜ਼ਿਲ੍ਹੇ ਦਾ, ਵਿਸ਼ੇਸ਼ ਕਰਕੇ ਧਰਮਕੋਟ ਦਾ। ਉੱਥੇ ਵੀ ਅਸੀਂ ਫਿਰ ਪਰਸੋਂ ਮਿੱਟੀ ਪਾਉਣ ਲਾਏ ਟਰਾਲੀਆਂ 'ਤੇ, ਲੋਕਾਂ ਨੇ ਸਾਥ ਦਿੱਤਾ, ਸਰਕਾਰ ਵੱਲੋਂ ਵੀ ਲੋਕਾਂ ਨੇ ਆਪ ਮਿਹਨਤ ਕਰਕੇ ਟਰਾਲੀਆਂ ਦੇ ਉਸ ਪਿੰਡ 'ਤੇ ਮਿੱਟੀ ਪਾਉਣੀ ਸ਼ੁਰੂ ਕੀਤੀ। ਇੰਨੇ ਨੂੰ ਜਿਹੜਾ ਲੋਹੀਆਂ ਕੋਲ ਬੰਨ 7-5 ਫੁੱਟ ਨੀਵਾਂ ਲੋਹੀ ਵਾਲਾ ਬੰਨ, ਉਹ ਬੰਨ ਟੁੱਟ ਗਿਆ, ਉਹ ਟੁੱਟਣ ਕਰਕੇ ਉਹ ਪਹਾੜ ਹੀ ਬਹੁਤ ਵੱਡਾ ਪੈ ਗਿਆ, ਜਿਹੜਾ ਬੰਦ ਕਰਨਾ ਬੜਾ ਔਖਾ ਹੋ ਸਕਦਾ ਵਾ, ਅਤੇ ਪਾਣੀ ਦੀ ਸਪੀਡ ਭਾਈ ਉਹ ਤੇਜ਼ ਬਹੁਤ ਹੋਈ ਵੀ ਆ, ਪਾਣੀ ਦੀ ਸਪੀਡ ਤੇਜ਼ ਕਰਕੇ ਪਾਣੀ ਫੈਲਿਆ ਕਰਕੇ ਹੁਣ ਉਹਦੇ ਨਾਲ ਸ਼ਾਇਦ ਉੱਧਰ ਮੀਂਹ ਹਿਮਾਚਲ ਰਾਤ ਪਿਆ ਨੀਗਾ, ਪੰਜਾਬ 'ਚ ਪਰਸੋਂ ਦਾ ਬੰਦ ਕੀਤਾ ਹੋਇਆ ਪਾਣੀ ਮੀਂਹ ਬੰਦ ਆ, ਜਿਹੜਾ ਕਿ ਚੋਆਂ ਦਾ ਪਾਣੀ ਸੀ, ਭਾਵੇਂ ਪਾਖੜੇ ਤੋਂ 55,000 ਕੁਛ ਪਾਣੀ ਆਉਂਦਾ, ਪਰ ਸਾਡਾ ਚੋਆਂ ਦਾ ਰਲ ਕੇ ਸਾਡੇ ਹੋਰ ਥਾਵਾਂ ਦਾ ਰਲ ਕੇ ਡਰੇਨਾਂ ਦਾ ਰਲ ਕੇ ਉਹ ਪਾਣੀ ਬਹੁਤ ਵੱਧ ਜਾਂਦਾ ਸੀ ਔਰ ਬੜਾ ਮਾਰੂ ਸੀ ਉਹ ਪਾਣੀ, ਉਹਦੇ 'ਚੋਂ ਗੁਰੂ ਮਿਹਰ ਕਰੇ ਹੁਣ ਰਾਹਤ ਮਿਲੇ। ਹੁਣ ਹਾਲਾਤ ਕਿਵੇਂ ਆ? ਹਾਲਾਤ ਕੋਈ ਬਹੁਤੇ ਚੰਗੇ ਤਾਂ ਹੈ ਨਹੀਂ, ਪਰ ਅਜੇ ਵਾਹਿਗੁਰੂ ਦੀ ਕਿਰਪਾ ਵੀ ਹੁਣ ਜਿਵੇਂ ਔੜ ਲੱਗ ਗਈ ਆ,
ਇਹਦੇ ਨਾਲ ਮੇਰਾ ਖਿਆਲ 2 ਦਿਨਾਂ ਤੱਕ ਪਾਣੀ ਸਾਰਾ ਘਟੂਗਾ। ਐਨਡੀਆਰਐਫ ਲੱਗੀ ਹੋਈ ਹੈ ਤਾਂ ਲੋਕੋ ਘਰੋਂ ਸੇ ਨਿਕਾਲ ਰਹੇ, ਕਿਤੇ ਐਨਡੀਆਰਐਫ ਤਾਂ ਜਿਹੜੇ ਵਿਚਾਰੇ ਜਿੰਨੀ ਵਿੱਚ ਕਰੀ ਜਾਂਦੇ ਉਹ, ਪਰ ਡੰਗਰਾਂ ਦਾ ਇੰਤਜ਼ਾਮ ਨਹੀਂ ਹੋ ਰਿਹਾ ਕੋਈ। ਫਸਲਾਂ ਦਾ ਕਿੰਨਾ ਕੁ ਨੁਕਸਾਨ ਆ, ਕਿੰਨਾ ਕੁ ਏਰੀਆ ਦਾ ਕੋਈ ਬਚੀ ਨਹੀਂ ਹੁਣ, 10-10 ਫੁੱਟ ਤਾਂ ਪਾਣੀ 'ਚ ਫਸਲ ਨਹੀਂ ਬਚਦੀ। ਕਿੰਨਾ ਕੁ ਏਰੀਆ ਜਿਹੜਾ ਪ੍ਰਭਾਵਿਤ ਹੋਇਆ ਜੀ, ਕਿੰਨਾ ਕੁ ਏਰੀਆ ਜਿਹੜਾ ਪ੍ਰਭਾਵਿਤ ਹੋਇਆ ਹੈ? ਇਕੱਲਾ ਸਾਡਾ ਧਰਮਪੁਰ ਹਲਕਾ ਇਸ ਵੇਲੇ 12,000 ਏਕੜ ਤੋਂ ਉੱਪਰ ਆ, ਜਿਹੜਾ ਮੈਂ ਸਾਰਾ ਐਸਟੀਮੇਟ ਲਾਇਆ ਸੀ। ਲੋਕ ਫਸੇ ਹੋਏ ਜੀ, 12,000 ਏਕੜ ਦੇਖ ਲਓ, ਸਾਡੀ 60-60 ਹਜ਼ਾਰ ਏਕੜ ਦੀ ਫਸਲ ਸੀ, ਉਹਨੂੰ ਕੱਟਣੀ ਸੀ, ਝੋਨਾ ਸੀ, 90% ਝੋਨਾ ਬੀਜਿਆ ਲੋਕਾਂ ਦਾ, ਕੋਈ ਉਹਦੇ ਖਰਚਾ ਨਹੀਂ, ਖਾਦ ਪਾ ਲਿਆ, ਲਾਗਾ ਸਾਰਾ ਖਰਚਾ ਹੋ ਗਿਆ, ਹੁਣ ਕੱਲੀ ਕਟਾਈ ਦੀ ਸੀ, ਅਗਲੇ ਮਹੀਨੇ ਕਟਾਈ ਕਰਕੇ ਮੰਡੀਆਂ 'ਚ ਲੈ ਜਾਣਾ ਸੀ, ਲੋਕਾਂ ਦੇ ਘਰਾਂ 4 ਪੈਸੇ ਆ ਜਾਣੇ ਸੀ, ਬਹੁਤ ਵੱਡਾ ਨੁਕਸਾਨ, 60,000 ਰੁਪਏ ਪ੍ਰਤੀ ਏਕੜ ਨੁਕਸਾਨ ਹੋ ਗਿਆ। ਕਿਸ ਤਰ੍ਹਾਂ ਦੇ ਪ੍ਰਬੰਧ ਚਾਹੀਦੇ ਨੇ ਜਿਹੜੇ ਹੁਣ ਹੋਣੇ ਚਾਹੀਦੇ? ਦੇਖੋ, ਸਰਕਾਰ ਨੂੰ ਵੱਡੀ ਰਾਇਤ ਦੇਣੀ ਚਾਹੀਦੀ ਆ, ਜਦੋਂ ਸਰਕਾਰ ਨੇ ਇਹ ਆਫਤ ਐਲਾਨ ਕਰਤਾ, ਫਿਰ ਲੋਕਾਂ ਦਾ ਦਰਦ ਬਣਾਉਣ ਲਈ ਬਹੁਤ ਵੱਡੀ ਸਹਾਇਤਾ ਕਰਨੀ ਚਾਹੀਦੀ। ਪਰ ਮੈਨੂੰ ਤਾਂ ਦੁੱਖ ਇਹ ਆ ਕਿ ਇਹਨਾਂ ਦਾ 2 ਸਾਲ ਹੋ ਗਏ ਜੀ, ਪਹਿਲੇ ਪੈਸੇ ਨਹੀਂ ਦਿੱਤੇ। ਪਰਸੋਂ ਮੈਂ ਡੀ ਸੀ ਨਾਲ ਗੱਲ ਕੀਤੀ 18 ਤਰੀਕ ਨੂੰ ਕਿ ਦਿੰਦੇ ਹਾਂ ਅਸੀਂ ਜੀ, ਅਸੀਂ ਇਹਨਾਂ ਦੇ ਖਾਤਿਆਂ 'ਚ ਭੇਜਾਂਗੇ। ਮੈਂ 20 ਦਿਨ ਹੋਏ ਉੱਧਰ ਕਹਿ ਕੇ ਆ, ਕਹਿੰਦਾ ਇਸੇ ਹਫ਼ਤੇ ਭੇਜ ਦਿਆਂਗੇ। ਹੁਣ ਪਤਾ ਨਹੀਂ, ਹੁਣ ਕੋਈ ਸਰਕਾਰ ਤੋਂ ਹੁਕਮਾਂ ਜੇ ਭਾਵੇਂ ਭੇਜ ਦੇਣ, ਅਜੇ ਤੱਕ ਕਿ ਕਿਸੇ ਦੇ ਗਰੀਬ ਦੇ ਜਿਹੜਾ ਪਿਛਲਾ ਫਸਲਾਂ ਨੁਕਸਾਨ ਸੀ ਕਿਸੇ ਨੂੰ ਦਿੱਤੇ। ਜਿਵੇਂ ਹੁਣ 100 ਕਰੋੜ ਇਹਨਾਂ ਜਾਰੀ ਕੀਤਾ, ਕੋਈ ਲੱਗਦਾ ਉਹਦੇ ਨਾਲ ਰਾਹਤ ਮਿਲੇਗੀ ਕਿ ਨਹੀਂ ਮਿਲਦੀ? ਨੁਕਸਾਨ ਤਾਂ ਬਹੁਤ ਬੜਾ, ਉਹ ਇੱਕ ਕਿਸ਼ਤ ਆ ਜੀ 100 ਕਰੋੜ ਦੇ ਵਿੱਚ ਤਾਂ ਅਜੇ ਇਹਨਾਂ ਨੇ ਅਫਸਰਾਂ ਨੇ ਵੰਡ ਲੈਣੇ ਹੈਗੇ ਵੀ ਆਪਾਂ ਇੱਥੇ ਖਰਚ ਕਰਨੇ ਕਿਨੇ ਕਿਤੇ ਆਵਾਜਾਈ 'ਤੇ, ਪਰ ਲੋਕਾਂ ਕੋਲ ਨਹੀਂ ਉਹ ਪਹੁੰਚਣੇ ਜੀ। ਵੱਧ ਮੰਗ ਕਰਦੇ ਜਿਹੜੇ ਪ੍ਰਬੰਧ ਆ ਸਰਕਾਰ ਦੇ, ਉਹਨਾਂ 'ਤੇ ਲੱਗ ਜਾਣਾ। ਕਿੰਨਾ ਕੁ ਮੁਆਵਜ਼ਾ ਤੁਹਾਡੇ ਹਿਸਾਬ ਨਾਲ ਮਿਲਣਾ ਚਾਹੀਦਾ ਜੀ? ਜੇ ਸਰਕਾਰ 30-40 ਹਜ਼ਾਰ ਏਕੜ ਦਾ ਬਣਨਾ ਚਾਹੀਦਾ, 60,000 ਤਾਂ ਨੁਕਸਾਨ ਹੀ ਹੋ ਗਿਆ, 60% ਵੀ ਭਰ ਦੇਣ ਤਾਂ ਵੀ ਆ। ਠੀਕ, ਤੁਸੀਂ ਦੱਸੋ ਹੁਣ ਖਰਚਾ ਕਿਹੜਾ ਰਹੇ ਕਿਸਾਨ ਦਾ, 60,000 ਰੁਪਏ ਏਕੜ ਦਾ ਝੋਨਾ ਖਰਾਬ ਹੋ ਗਿਆ। ਜਥੇਦਾਰ ਜੀ, ਅੱਜ 2 ਜਿਹੜੇ ਹੁਸੈਨੀ ਵਾਲਾ ਤੋਂ ਗੇਟ ਵੀ ਖੋਲ੍ਹੇ, ਪਾਕਿਸਤਾਨ ਨੂੰ ਪਾਣੀ ਖੋਲ੍ਹੇ, ਉਹਦੇ ਨਾਲ ਰਾਹਤ ਕਾਫੀ ਮਿਲੇਗੀ? ਮੇਰੇ ਹੁਸੈਨੀ ਵਾਲੇ ਤੋਂ ਫਿਰ ਤਰਸੋਂ ਦੇ ਗੇਟ ਖੁੱਲ੍ਹੇ, ਅੱਜ ਨਹੀਂ ਖੁੱਲ੍ਹੇ। ਹੁਸੈਨੀ ਵਾਲੇ ਦੇ ਗੇਟ ਤਾਂ ਖੁੱਲ੍ਹੇ ਆ, ਰੋਹੀ ਕੇ ਪਾਣੀ ਜਿਹੜਾ ਪਾਕਿਸਤਾਨ ਜਾਣ ਵਾਸਤੇ। ਹਾਂਜੀ ਹਾਂਜੀ, ਸੁਲੇਮਾਨ ਦੇ ਹੈੱਡ ਦਾ ਜਿਹੜੇ ਉੱਥੇ ਜਾਮ ਲੱਗਿਆ ਪਾ, ਉਹ ਫਾਜ਼ਿਲਕਾ ਵੀ ਇਫੈਕਟ ਹੋ ਰਿਹਾ ਇਸ ਵੇਲੇ, ਪਹਿਲਾਂ ਫਾਜ਼ਿਲਕਾ। ਹੜ੍ਹ ਪੀੜਤਾਂ ਦੀ ਮਦਦ ਲਈ ਪਿੰਡ ਕੋਟ ਸਦਰ ਖਾਂ ਦੀ ਪੰਚਾਇਤ ਅਤੇ ਪਿੰਡ ਵਾਸੀ ਨਿੱਤਰ ਆਏ ਨੇ, ਜਿਨ੍ਹਾਂ ਅੱਜ ਲੋਕਾਂ ਲਈ ਲੰਗਰ ਦਾ ਪ੍ਰਬੰਧ ਕੀਤਾ। ਉਹਨਾਂ ਕਿਹਾ ਕਿ ਸ਼ਾਮ ਤੱਕ ਮੀਟਿੰਗ ਕਰਕੇ ਦਵਾਈਆਂ, ਹਰਾ ਚਾਰਾ ਅਤੇ ਤੂੜੀ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਅਤੇ ਹਰ ਮਦਦ ਲਈ ਉਹ ਤਿਆਰ ਰਹਿਣਗੇ। ਤੁਹਾਡੀ ਹੋਰ ਕੀ ਸੇਵਾ ਦੀ, ਉਹ ਅਸੀਂ ਨਾਲ ਦੀ ਨਾਲ ਲੈ ਕੇ ਆਵਾਂਗੇ ਜੀ। ਕੋਈ ਤੂੜੀ ਪੱਠੇ, ਜੋ ਸਾਡੇ ਪਿੰਡ ਦੇ ਨੌਜਵਾਨ ਸਭਾ, ਉਹ ਅਸੀਂ ਸਾਰੇ ਸ਼ਾਮ ਨੂੰ ਮੀਟਿੰਗ ਕਰਕੇ ਜੋ ਵੀ ਇੱਥੇ ਕਿਸੇ ਚੀਜ਼ ਦੀ ਲੋੜ ਆ ਉਹ ਅਸੀਂ ਲੈ ਕੇ ਆਵਾਂਗੇ। ਅੱਛਾ, ਇਹ ਜਿਹੜੇ ਹੜ੍ਹ ਪ੍ਰਭਾਵਿਤ ਆ ਉੱਥੇ ਹੀ ਸਾਰਿਆਂ ਕੋਲ ਲੈ ਜਾ ਰਹੇ? ਉਹਨਾਂ ਵਾਸਤੇ ਕੋਈ ਦਵਾਈਆਂ ਵਗੈਰਾ ਦਾ ਵੀ ਪ੍ਰਬੰਧ ਕੀਤਾ? ਨਹੀਂ, ਦਵਾਈਆਂ ਵਾਸਤੇ ਫੌਜੀ ਸਾਹਿਬ ਜੀ ਸਾਬਕਾ ਜੀ, ਇਹਨਾਂ ਨਾਲ ਸਾਡੀ ਅੱਜ ਸ਼ਾਮ ਨੂੰ ਮੀਟਿੰਗ ਹੋਣੀ ਆ ਜੀ। ਇਹ ਵੀ ਨਾਲ ਸਾਡੇ ਪੂਰੇ ਸਹਿਯੋਗੀ ਆ ਜੀ, ਅੱਜ ਉਹਨਾਂ ਅਸੀਂ ਦਵਾਈਆਂ ਦਾ ਵੀ ਪ੍ਰਬੰਧ ਕਰਾਂਗੇ ਅੱਜ ਸ਼ਾਮ ਨੂੰ ਵੀ ਅਸੀਂ। ਅੱਛਾ, ਅੱਜ ਕੀ ਕੀ ਵਰਤਾ ਰਹੇ ਹੋ? ਅੱਜ ਅਸੀਂ ਦਾਲ, ਦੁੱਧ ਅਤੇ ਲੰਗਰ ਇਹ ਅਸੀਂ ਲੈ ਕੇ ਆਏ ਜੀ ਅੱਜ ਅਸੀਂ। ਹਾਂਜੀ, ਹੈਗਾ ਜੀ 5-7 ਜੀ ਹੈਗੇ, ਹੋਰ 4 ਜਣੇ ਆਏ ਆ, 3 ਡੇਢ ਨਾਲ, ਇੱਕ ਬੰਦਾ ਨਾਲ। ਕੀ ਨਾਮ ਹੈ ਤੁਹਾਡਾ ਜੀ? ਬਲਵੀਰ ਕੌਰ ਜੀ। ਕਿੰਨਾ ਕੁ ਪਾਣੀ ਉੱਥੇ ਹੈਗਾ? ਪਾਣੀ ਤਾਂ ਬਹੁਤ ਆ ਜੀ, ਸਾਰੇ ਕਮਰੇ ਪਾਟੇ ਪਏ, ਵੇਖ ਕੇ ਹੀ ਆਏ ਆ, ਜਿਹੜੇ ਲਿਆਏ ਕੱਢ ਕੇ ਸਮਾਨ ਬਾਹਰ ਡੇਕਾ ਨਾਲ ਬੱਧਿਆ, ਦਾਣੇ ਕੱਢ ਕੇ ਰੱਖੇ ਉਹ ਵੀ ਰੁੜੇ ਜਾਂਦੇ ਆ, ਸਾਰਾ ਕੁਛ ਵੇਖ ਕੇ। ਮੱਝਾਂ ਗਾਵਾਂ ਸਾਡੀਆਂ, ਮੱਝਾਂ ਗਾਵਾਂ ਵੀ ਵੱਢੀਆਂ, 2-1 ਤਾਂ ਮੱਝ ਰੁੜ ਗਈ, 1 ਗਾਂ ਰੁੜ ਗਈ, ਮਰ ਕੇ ਲੱਗੀ ਵੀ ਕੋਲੇ ਹੀ ਪਿੰਡ ਦੇ ਪਈ ਆ, ਅਜੇ ਉੱਥੇ ਹੀ ਸਾਰਾ ਸਬੂਤ ਪਿਆ। ਜੇ ਪਸ਼ੂਆਂ ਨੂੰ ਕੋਈ ਚਾਰਾ ਚੂਰਾ ਅੰਦਰ ਮਿਲ ਰਿਹਾ ਕਿ ਨਹੀਂ? ਚਾਰਾ ਜੇ ਹੁਣ ਮਿਲੂਗਾ ਵੀ, ਜੇ ਆਉਣਗੇ ਵੀ ਤੇ ਜਾਣਾ ਵੀ ਕਿਵੇਂ ਆ, ਜਾਂਦਾ ਹੀ ਨਹੀਂ, ਮਸਾਂ ਤਾਂ ਕੱਢਦੇ ਹੀ ਉਧਰੋਂ ਲਿਆਉਂਦੇ ਆ ਤੇ ਬਾਹਰ ਕੱਢਦੇ ਆ। ਪ੍ਰਸ਼ਾਸਨ ਨੇ ਪਹਿਲਾਂ ਵੀ ਕਿਹਾ ਸੀ, ਉਦੋਂ ਕਿਉਂ ਨਹੀਂ ਕੱਢਿਆ ਜੀ ਪਸ਼ੂਆਂ ਨੂੰ? ਐਵੇਂ ਬਸ ਜੀ ਇਹ ਹੀ ਕਹਿਤਾ ਵੀ ਚੱਲ ਅੱਗੇ ਵੀ ਆਉਂਦਾ ਹੀ ਆ, ਘੱਟ ਹੀ, ਇੰਨਾ ਪਤਾ ਹੀ ਨਹੀਂ ਸੀ ਵੀ ਜ਼ਿਆਦਾ ਹੀ ਪਾਣੀ ਆ ਜਾਣਾ, ਵੀ ਇਸੇ ਕਰਕੇ ਹੀ ਨਹੀਂ। ਕਿੰਨੇ ਕੁ ਫੁੱਟ ਫੁੱਟ ਪਾਣੀ ਚੜਿਆ ਉੱਥੇ? ਪਾਣੀ ਤਾਂ ਜੀ ਅੰਦਰਾਂ ਦੇ ਵਿੱਚ ਵੜਿਆ ਪਿਆ, ਅੰਦਰਾਂ ਦੇ ਵਿੱਚ ਪਾਣੀ ਵੜਿਆ।
ਤੇ ਬੰਨ ਦੇ ਬਰਾਬਰ ਹੀ ਆ ਸਾਡੇ ਘਰ ਦੇ ਵਿੱਚ ਪਾਣੀ ਫਿਰਦਾ ਪਿੰਡ ਦੇ ਚਾਰ ਸਪੇਰੇ ਜੀ 12 ਤੋਂ 15 ਫੁੱਟ ਪਾਣੀ ਹੈਗਾ ਜੀ ਤੇ ਹੁਣ ਸਮਾਨ ਬਾਹਰ ਵੱਧਾ ਡੇਕਾਂ ਦੇ ਨਾਲ ਦਾਣੇ ਵੀ ਡਰੰਮ ਪਾਟ ਗਏ ਤੇ ਦਾਣੇ ਵੀ ਢੇਰੀ ਲਾਈ ਪਈ ਹੈ ਚੌਂਕਿਆਂ ਤੇ ਹੁਣ ਜਾ ਕੇ ਵੇਖ ਸਕਦੇ ਆ ਵੇਖ ਕੇ ਵੀ ਆਏ ਆ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੋਗਾ ਨੇੜੇ ਕਿਹੜਾ ਪਿੰਡ ਆ ਵੀਰ ਜੀ ਇਹ ਸੰਘੇੜਾ ਸੰਘੇੜਾ ਪਿੰਡ ਪਹੁੰਚੇ ਹਾਂ ਜਿਹੜਾ ਪੂਰੀ ਤਰ੍ਹਾਂ ਦਰਿਆ ਨੇ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆ ਮੈਂ ਵੀਰ ਚਮਕੌਰ ਸਿੰਘ ਜੀ ਨੂੰ ਕਹੂੰਗਾ ਇੱਕ ਵਾਰੀ ਦਰਿਆ ਵਾਲੇ ਪਾਸੇ ਉਹ ਘੁਮਾਉਣ ਕੈਮਰਾ ਲੋਕ ਤੁਹਾਨੂੰ ਕੋਠਿਆਂ ਦੇ ਉੱਤੇ ਨਜ਼ਰ ਆਉਂਦੇ ਆ ਅਤੇ ਦਰਿਆ ਦਾ ਪਾਣੀ ਠਾਠਾ ਮਾਰਦਾ ਜਾਂਦਾ ਪਿੰਡ ਪੂਰੇ ਦਾ ਪੂਰਾ ਇਹ ਮਤਲਬ ਕਿ ਡੁੱਬ ਚੁੱਕਾ ਹੈ ਅਤੇ ਮੇਰੇ ਨਾਲ ਇੱਥੋਂ ਦੇ ਲੋਕ ਵੀ ਨੇ ਅਤੇ ਅਸੀਂ ਇਨਸਾਨੀਅਤ ਦੇ ਨਾਤੇ ਪਿਛਲੀ ਵਾਰ ਵੀ ਅਤੇ ਹੁਣ ਵੀ ਮੈਂ ਰਜਿੰਦਰ ਖੋਟੇ ਤੁਹਾਨੂੰ ਸੰਬੋਧਨ ਕਰਦਾ ਵੀ ਇੱਥੇ ਅਸੀਂ ਦਵਾਈਆਂ ਲੈ ਕੇ ਲੋੜੀਂਦੀਆਂ ਪਹੁੰਚੇ ਹਾਂ ਮਲਮਾਂ ਵਗੈਰਾ ਖਾਂਸੀ ਦੀਆਂ ਦਵਾਈਆਂ ਜਾਂ ਜਿਹੜੀਆਂ ਵੀ ਲੋੜੀਂਦੀਆਂ ਦਵਾਈਆਂ ਜ਼ਿਆਦਾ ਲੋਕ ਇੱਥੇ ਖਾਰਸ਼ ਤੋਂ ਪੀੜਤ ਨੇ ਪਾਣੀ ਦਾ ਕਰਕੇ ਸੋ ਮੈਂ ਬੇਨਤੀ ਕਰਦਾ ਬਈ ਇਹਨਾਂ ਨੂੰ ਦਵਾਈਆਂ ਦੀ ਲੋੜ ਆ ਭੋਜਨ ਦੀ ਲੋੜ ਆ ਲੀੜੇ ਕੱਪੜੇ ਦੀ ਲੋੜ ਆ ਆਪਾਂ ਇਹਨਾਂ ਦੀ ਤਨ ਮਨ ਦੇ ਨਾਲ ਮਦਦ ਕਰੀਏ ਕਿਉਂਕਿ ਜਿਹੜੇ ਲੋਕ ਅੱਧਾ ਅੱਧਾ ਕਿਲੋਮੀਟਰ 'ਤੇ ਲੰਗਰ ਲਾਉਂਦੇ ਹਨ ਉਹ ਅੱਜ ਇੱਥੇ ਆ ਕੇ ਲੰਗਰ ਲਾਉਣ ਇੱਥੇ ਬੇਨਤੀ ਆ ਅੱਜ ਅਸੀਂ ਇੱਥੇ ਦਵਾਈਆਂ ਲੈ ਕੇ ਪਹੁੰਚੇ ਹਾਂ ਔਰ ਜਿੰਨਾ ਚਿਰ ਹਾਲਾਤ ਇੱਥੇ ਆਮ ਵਾਂਗ ਨਹੀਂ ਹੋ ਜਾਂਦੇ ਇਹਨਾਂ ਨੂੰ ਜਿਹੜੀ ਦਵਾਈਆਂ ਦੀ ਸਪਲਾਈ ਆ ਉਹ ਇਸੇ ਤਰ੍ਹਾਂ ਹੀ ਜਾਰੀ ਰਹੂਗੀ ਲੋਕ ਲੋੜੀਂਦੀਆਂ ਦਵਾਈਆਂ ਸਾਡੇ ਕੋਲੋਂ ਇੱਥੋਂ ਪ੍ਰਾਪਤ ਕਰ ਰਹੇ ਆ ਉੱਥੇ ਮੈਡੀਕਲ ਅਫਸਰ ਜਿਹੜੇ ਨਿਹਾਲ ਸਿੰਘ ਵਾਲਾ ਦੇ ਡਾਇਰੈਕਟਰ ਆਫ ਪਵਾਂਜੀ ਨੇ ਉਹਨਾਂ ਨੇ ਸਾਨੂੰ ਲਿਖ ਕੇ ਦਿੱਤੀਆਂ ਗਾਈਡੈਂਸ ਸਾਰੀ ਦਿੱਤੀ ਹੋਈ ਆ ਉਸ ਮੁਤਾਬਕ ਲੋਕਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਅਤੇ ਇਸ ਤਰ੍ਹਾਂ ਇਹਨਾਂ ਨੂੰ ਦਵਾਈਆਂ ਉਹਨਾਂ ਚਿਰ ਜਾਰੀ ਰਹਿਣਗੀਆਂ ਜਿੰਨਾ ਚਿਰ ਹਾਲਾਤ ਆਮ ਤਰ੍ਹਾਂ ਨਹੀਂ ਹੁੰਦੇਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਾਜ਼ੀ ਕੌਮ ਟੀਵੀ ਲਈ ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ